अपना बोस अपन तंग बड़ा करेंदा यार। हाँ जमी नाल ले उठा के गल देंदा है ते जदंदा ना अपा दोबारा काम ते आया बड़ा तंग कीती खड़ा जमी नाल ले भी कीती खड़ा ही आ जमी नाल ले बिस्तरे चो काट के आदा चलो हुन पट्ठे वड्डो ते काम सिया मिलो ता पानी नु हाथ लावण नु दिल नहीं करेंदा ते टूवल चलाओ टूवल चल गए पानी लाओ चलाओ जिम्मे आख्या चली गई चक्कर ला के आओ मैं दसो तो सही कितने प्यारे भरे तो नहीं बशीरा कि मरिया बशीरा पिछे वधाई उंब ला पी है पानी च हाथ धोवन गया छापर चढ़ाई चढ़ाई वधाई हथा देते चलो मैं हाथ धोती जावा नहीं मैं मैं ये दसो मैं तुम रखा था कम तो है मेरी हालत इवे आँदी जिम्मे मैं कम आ ला तो तुसा नवाब आने बैठो मंजी चढ़ते अग सिकंदे पया से तो सानू नहीं सर्दी लगदी ओ आया नहीं यार आले तक बशीरा मैं और ही काम बशीरा ओए आ जा सी साजी टेंशन ना लो टेंशन तो जस्ट टाइम पे तू समझ लगियो मेरी टेंशन बढ़ गई है ओदा हाजमा खराब होया है बशीरा हां बशीरा ये तो मैंने नहीं पता नहीं की राणा साहब पीछे ओए ओ निपला आ राणा साहब है और की शहर राणा साहब है मैं तन्नु बहुत नजर आना है साजी तोडा कसूर नहीं है मामे सलाम लै लिये मालिक मैं तेन रखा मेरे सलाम पहले मुंशी सलाम लवी होंगी अच्छा चल मेरे ला ला हो तबीयत से ठीक है अल्लाह का शुक्र है बाल चोखे ना हां उच्ची बोल एक ही गोन है के गल है शादी नहीं हुई एक ही कौन एक तक के मतलब शादी हो रही एक ही हो सी तो तू दस ना भी राणा साहब शादी नहीं हुई मेरी शादी हो गई बात है एको गल हुई तुहाडी हो गई एदी हो गई लख लानत है एदी किवें हो गई तुसी साडे उस्ताद तुहाडी हो गई ते साडी हो गई समझो तिना नहीं इन्हें आख भी साडी हो गई ते तुहाडी हो गई नहीं नहीं तुहाडी हुई है साडी ता होई कोनी है ਸਾਡੀ ਤਾਂ ਹੋਈ ਕੋਈ ਨਹੀਂ ਅਸਾਂ ਚਲੋ ਉੱਥੇ ਫਿਰ ਮੁੰਚੀ ਸਾਹਿਬ ਯਾਰ ਬੰਦੇ ਤੰਗ ਕੀਤੀ ਕਰੇ ਮੈਂ ਪੱਠੇ ਵੱਡਾ ਹੈ ਮੇਰੇ ਪੱਠੇ ਵੱਡੇ ਪੈਨ ਪਾਣੀ ਲੱਗ ਗਿਆ ਬਸ ਤੁਸੀਂ ਕਿਹਾ ਟੂਲ ਚਲਾ ਦੋ ਮੈਂ ਆ ਕੇ ਟੂਲ ਚਲਾ ਕੇ ਤੇ ਬਹਿਰੇ ਆ ਗਿਆ ਟੂਲ ਚਲਾ ਕੇ ਤੇ ਬਹਿਰੇ ਪਾਣੀ ਵੇਖਣਾ ਨਹੀਂ ਹੈ ਤੇ ਆਪਾਂ ਤਾਂ ਕਣਕ ਨੂੰ ਆਪਾਂ ਟੁੱਕੇ ਹੀ ਕੋਈ ਨਹੀਂ ਕਿਤੇ ਕਣਕ ਫੇਰ ਕਹਿੰਦਾ ਕਿ ਡੇਢ ਵਿਗਾ ਭਰੀਜਿਆ 8 ਘੰਟੇ ਟੂਲ ਚੱਲਿਆ ਮੇਰੇ ਸੂਟੇ ਛੜਾਤੇ ਤੇ ਕੀ ਸੂਰਤੇ ਹਾਲ ਹੈ ਉਹ ਸੂਰਤੇ ਹਾਲ ਤੁਸੀਂ ਮੈਨੂੰ ਪੂਰੀ ਗੱਲ ਨਹੀਂ ਕੀਤੀ ਤੁਸੀਂ ਕਿਹਾ ਟੂਲ ਚਲਾ ਦੇ ਮੈਂ ਆ ਕੇ ਟੂਲ ਚਲਾ ਕੇ ਬਿੱਲ ਭਰਿਆ ਹੈ ਰਾਣਾ ਸਾਹਿਬ ਵੀ ਦੇਵੇ ਨਹੀਂ ਜਿਹੜਾ ਬਿੱਲ ਤੈਨੂੰ ਅਗਲੇ ਦੇ 2 ਲੱਖ ਰੁਪਏ ਦਿੱਤੇ 2 ਲੱਖ ਰੁਪਿਆ ਉਹ 1.5 ਲੱਖ ਰੁਪਿਆ ਫਕਾਇਆ ਰਹਿੰਦਾ ਸੀ ਉਹਦਾ ਉਧਾਰੀ ਇਹ ਪਿੱਤੀ ਰੱਖੀ ਤੁਸੀਂ ਪੇਮੈਂਟ ਤਨਖਾਹ ਨਹੀਂ ਦਿੱਤੀ 50,000 ਰੁਪਏ ਐਡਵਾਂਸ ਦੇ ਆਇਆ ਮੁੰਸ਼ੀ ਯਾਰ ਇਹ ਕਿ ਸੀਨ ਮੈਂ ਤਾਂ ਕੋਈ ਸਮਝ ਆਉਂਦੀ ਪਈ ਨਾ ਤਾਂ ਰਾਣਾ ਸਾਹਿਬ ਮੈਨੂੰ ਲੱਗਦਾ ਹੈ ਬੰਦਾ ਨਾ ਪਿੱਤੀ ਹੁੰਦਾ ਤੇ ਨਸ਼ੇ ਚ ਗਿਆ ਐ ਦੇਖ ਲੈ ਵਿੱਚ ਕੱਲੇ ਉਸ ਟਾਈਮ ਇੱਥੇ ਆਂਦਾ ਪਿਆ ਆਂਦਾ ਜਾਂਦਾ ਪਿਆ ਉਹ ਤੂੰ ਪੱਠੇ ਵੜਨੇ ਹੁੰਦੇ ਤੂੰ ਹੀ ਥਾਂਬ ਲੈਨੇ ਮੇਰੇ ਪੱਠੇ ਵੜੇ ਪੈਣ ਜੀ ਤੇ ਵਾਲ ਉਹਨਾਂ ਨੂੰ ਚਾਹ ਤੇ ਪਾ ਲੈਣੀ ਡੰਗਰਾਂ ਨੂੰ ਉਹ ਵਾਲੇ ਪੱਠੇ ਖਾਣੇ ਮੈਂ ਦੁੱਧ ਲੈ ਕੇ ਘਰ ਹੀ ਜਾਵਣਾ ਆਰੇ ਪਿਛਾ ਤੇ ਚੋਣ ਵਾਲੀ ਛੁੱਟੀ ਤਾਂ ਇਹਨਾਂ ਦੀ ਹੈ ਅੱਜ ਮੱਝਾਂ ਨੇ ਦੁੱਧ ਕੋਈ ਨਹੀਂ ਦੇਣਾ ਕਿਉਂ ਆ ਛੁੱਟੀ ਤੇ ਨੇ ਅੱਜ ਛੁੱਟੀ ਤੇ ਨਹੀਂ ਨੇ ਮੱਝਾਂ ਨੂੰ ਵੰਡਾ ਹੀ ਕੋਈ ਨਹੀਂ ਪਾਇਆ ਤੈਨੂੰ ਬਸ਼ੀਰੇ ਡਾਕੂ ਨੂੰ ਅੱਗੇ ਤੁਸੀਂ ਨਜ਼ਰ ਨਹੀਂ ਆਉਂਦੇ ਹੈਗੇ ਕਿਉਂ ਮੈਂ ਤੇ ਨਜ਼ਰ ਨਹੀਂ ਆਉਂਦਾ ਪਿਆ ਨਾ ਰਾਣਾ ਸਾਹਿਬ ਮਸਲਾ ਇੱਕ ਰਾਤੀ ਦੁੱਧ ਵੇਚਿਆ ਚਾਚੋ ਮੈਨੂੰ ਤਾਂ ਮਸਲਾ ਬੜਾ ਸੰਗੀਨ ਲੱਗਦਾ ਪਿਆ ਮਸਲਾ ਸੰਗੀਨ ਨਹੀਂ ਹੈ ਸਾਜੀ ਦੁੱਧ ਕੋ ਨਹੀਂ ਵੇਚਿਆ ਮੈਂ ਰਾਣਾ ਸਾਹਿਬ ਬੰਦੇ ਲੱਭ ਕੋਈ ਹੋਰ ਬੰਦੇ ਨਹੀਂ ਚੋਰੀਆਂ ਕਰਦਾ ਸਾਜੀ ਬਸ ਤੁਸੀਂ 5 ਮਹੀਨਿਆਂ ਦੀ ਤਨਖਾਹ ਐਡਵਾਂਸ ਦੇ ਦੋ ਤੁਹਾਡਾ ਕੰਮ ਟਨਾ ਟਨ ਹੋਇਆ 5 ਮਹੀਨਿਆਂ ਦੀ 2 ਲੱਖ ਰੁਪਏ ਤੋਂ ਪਹਿਲੇ ਖਾ ਗਿਆ ਹਈਏ ਤੂੰ 5 ਮਹੀਨਿਆਂ ਦੀ ਤਨਖਾਹ ਐਡਵਾਂਸ ਮੰਗਣਾ ਪਿਆ ਹੈ ਸਾਜੀ ਜ਼ਰੂਰ ਕੋਈ
पहले काम ते कर ले यार, काम ते कर लो। ए देख ले खाला जी, मैं ताजा यतीम होया होवे। ए चंगा मासूम है पिया जी, चादर मुंह तुम्हारी है ਤੁਹਾਡਾ ਮੁੰਸ਼ੀ। ਇਹਨਾਂ ਨੂੰ ਯਾਰ ਹੁਣ ਕੰਮ ਤੇ ਟੋਰ, ਮੈਂ ਵੰਜਣਾ ਕੰਮ। ਉਸਤਾ ਜੀ ਇਹ ਹਿਫਾਜ਼ਤ ਤੇ ਸਫਾਈ ਦੇਣਾ ਸ਼ਾਮ, ਮੈਂ ਬੈਂਕ ਦੇ ਵਿੱਚ ਪੈਸੇ ਲੈਣ ਤੇ ਚੱਲ ਕੰਮ ਤੇ ਚੱਲ। ਸ਼ਾਬਾਸ਼ ਡੰਗਰਨ ਪੱਟ ਸ਼ੇਟ ਪਾ ਜੀ, ਮੇਰਾ ਕੁਝ ਸੋਚੋ ਉਸਤਾ ਜੀ। ਤੁਹਾਡਾ ਕੀ ਕਰਨਾ ਹੈ? ਪਾਣੀ ਮੇਰਾ ਤਾਂ ਸੋਚਿਆ ਤੇ ਹੈਗਾ, ਤੂੰ ਰਾਣੇ ਸਾਹਿਬ ਦੇ ਬਾਰੇ ਸੋਚ ਤੇ ਲਿਆ। ਅੱਜ ਜੇ ਅਗਰ ਕਿਹਾਰੇ ਭਰੀ ਗਿਆ ਹੋਵੇ ਫੁੱਲ, ਤੇਰੀ ਤਨਖਾਹ 5 ਮਹੀਨੇ ਦੀ ਪੂਰੀ ਮਿਲ ਗਈ। ਜਿਹੜਾ ਪਾਣੀ ਉਹਨਾਂ ਘੰਟਾ ਟੱਪ ਗਿਆ ਉਹ ਜਾਣਾ ਹੈ ਕਿ ਨਹੀਂ ਜਾਂਦਾ? ਭਾਵੇਂ ਆਈ ਸਟਰਾਵ ਨਾਲ ਚੱਕ ਕੇ ਪਾਣੀ ਪਿਛਾਂ ਵਾਪਸ ਕਿਆ ਦੇਣ ਪਾ ਤੇ ਕਿਹਾਰੇ ਮੈਨੂੰ ਭਰੇ ਨਜ਼ਰ ਆਉਣੇ ਚਾਹੀਦੇ। ਚਲੋ ਸਤਾਈ, ਮੈਂ ਘਰੋਂ ਬਾਤ ਬਾਲਟੀ ਚਾਹੀਏ, ਮੈਂ ਪਾਣੀ ਬਾਲਟੀ ਨਾਲ ਪਾਣੀ ਲੈ ਕੇ ਆਵਾਂ। ਹਾਂ ਠੀਕ, ਬਾਲਟੀ ਨਾਲ ਪਾਣੀ ਕਹਿ ਰਹੇ ਤੇ ਉਹ ਵਾਪਸ ਲੈ ਕੇ ਆਉਣਾ ਉਹ ਕਿ ਘੰਟਾ ਟੱਪ ਗਿਆ। ਤੁਸੀਂ ਮੈਨੂੰ ਕਿਹਾ ਟੂਲ ਚਲਾ ਦੇ, ਮੈਂ ਆ ਕੇ ਟੂਲ ਚਲਾ ਕੇ ਬਹਿ ਰਿਹਾ ਕਿਸੇ ਕੋਲ। ਬੜੀ ਯਾਰ ਤੇਰੀ ਚਰਸ ਦਾ ਲੰਮਾ ਨਸ਼ਾ ਹੈ, ਆਈ ਤਿੱਕਰ ਨਹੀਂ ਲੱਥੀ। ਪਾਣੀ ਆ ਘੰਟਾ ਟੱਪ ਗਿਆ, ਮੈਂ ਹੁਣ ਬਾਲਟੀ ਲੈ ਕੇ ਬਾਲਟੀ ਨਾਲ ਵਾਪਸ ਕਰੇਗਾ। ਹਾਂ ਮੈਂ ਬਾਲਟੀ ਨਾਲ ਵਾਪਸ ਲੈ ਕੇ ਆਵਾਂਗਾ। ਸੱਜ ਕੇ ਜਾਵਾਂ ਤੇਰੀ ਚਰਸ ਨੰਬਰਦਾਰ ਹੈ। ਨੰਬਰਦਾਰ ਰਾਣਾ ਸਾਹਿਬ ਆ ਗਿਆ ਤੇ ਆਪਾਂ ਜਾ ਕੇ ਸਾਰੀਆਂ ਸ਼ਿਕਾਇਤਾਂ ਦੱਸਣੇ ਜਿਹੜਾ ਮੁਨਸ਼ੀ ਆਪਣੇ ਨਾਲ ਕੀਤੀ ਖੜਾ। ਉਹ ਨੰਬਰਦਾਰ ਸਾਹਿਬ, ਰਾਣਾ ਸਾਹਿਬ ਆ ਗਏ ਹੋ? ਆ ਗਏ? ਹਾਂਜੀ ਆ ਗਏ। ਸਾਡੀ ਤਨਖਾਹ ਪੜਾਈ ਸਾਡੇ ਅਕਾਊਂਟ, ਤੁਹਾਡੇ ਤਨਖਾਹ ਪੜਾਈ 5 ਮਹੀਨੇ ਤੇਰੇ ਅਕਾਊਂਟ 'ਚ, ਨੰਬਰਦਾਰ ਦੇ ਤੇਰੇ ਅਕਾਊਂਟ 'ਚ ਪੜਾਈ। ਮੈਂ ਪਾਣੀ ਸਾਰਾ ਪੜਾਤਾ ਸੀ ਕੱਲ, 15 ਦੇ 15 ਵੀ ਗਏ। ਮੈਂ ਪੱਠੇ ਵੜ ਕੇ ਸਾਰਾ ਕੁਝ ਟੋਕ ਕੇ ਪਾ ਛੜੇ ਹਨ, ਵੰਡਾ ਹੀ ਸਾਰਾ ਕੁਝ ਪਾ ਛੜੇ। ਮੁਨਸ਼ੀ ਤੁਹਾਡੀ ਬੜੀ ਸ਼ਿਕਾਇਤਾਂ ਲੈਂਦਾ ਪਿਆ, ਯਾਦ ਹੈ ਤੁਸੀਂ ਟੱਕੇ ਦਾ ਕੰਮ ਨਹੀਂ ਕਰਦੇ? ਨਹੀਂ ਰਾਣਾ ਸਾਹਿਬ, ਇਹ ਗੱਲ ਨਹੀਂ ਹੈ। ਮੁਨਸ਼ੀ ਹੈ ਨਾ ਜਿਹੜਾ ਬੜਾ ਤੰਗ ਕਰ ਰਿਹਾ ਤੁਹਾਡੇ ਤੋਂ ਬਾਅਦ, ਸਾਨੂੰ ਬੜਾ ਕੁੱਟਦਾ। ਜਿਹੜਾ ਵੰਡਣਾ ਆਉਂਦਾ, ਜਿਹੜਾ ਬਚਦਾ ਉਹ ਸਾਰਾ ਆਪਦੇ ਬੋਰੀਆਂ ਦੇ ਹਿਸਾਬ ਨਾਲ ਚੱਕ ਕੇ ਲੈ ਜਾਂਦਾ ਦੁੱਧ, ਉਹ ਚੋਰੀ ਕਰਾਉਂਦਾ। ਬਾਲਟੀਆਂ ਦੀਆਂ ਬਾਲਟੀਆਂ ਦੁੱਧ ਉਹ ਪੀਂਦਾ, ਸਾਨੂੰ ਕੁੱਟੀ ਸਾਰਾ ਕੁਝ ਉਹ ਕਰੀ ਬੜਾ ਆਉਂਦਾ ਤੰਗ। ਉਹ ਮੈਨੂੰ ਸ਼ੁਰੂਦਾਨਾ ਆਖਦਾ ਵੀ ਇਹ ਕੰਮ ਨਹੀਂ ਕਰਦੇ, ਸਾਰਾ ਦਿਨ ਸਾਰਾ ਕੁਝ ਉਹ ਕੀਤੀ ਖੜਾ ਕੰਮ, ਸਾਰਾ ਦਿਨ ਨਵਾਰਾ ਕਰਦੀਆਂ ਘਰ ਦੇ। ਅਸੀਂ ਕਰਕੇ ਕਰ ਕਰ ਉੱਠ ਜਾਂਦੇ ਹਾਂ, ਅੰਡੇ ਵੀ ਜਿਹੜੇ ਸਾਡੇ ਹਿੱਸੇ ਦੇ ਹੁੰਦੇ ਨੇ ਰਾਤੀ ਉਹ ਉਬਾਲ ਕੇ ਤੇ ਆਪਦੇ ਘਰ ਲੈ ਜਾਂਦਾ ਸਾਨੂੰ। ਕੀ ਗੱਲ, ਅੰਡੇ ਤੁਸੀਂ ਲਾਉਂਦੇ ਜੀ? ਨਹੀਂ, ਜਿਹੜੇ ਸਾਨੂੰ ਤੁਸੀਂ ਦਿੱਤੇ ਹੋਏ ਨੇ ਰੋਜ਼ਾਨਾ ਦੇ 2 ਅੰਡੇ ਸ਼ਾਮ ਟਾਈਮ। ਕੀ ਮੈਂ ਲਾਉਂਦਾ? ਨਹੀਂ, ਉਹ ਤੁਸੀਂ ਉਹਨਾਂ ਦੇ ਜਿਵੇਂ ਲਾਈ ਨਾ 2 ਅੰਡੇ ਰੋਜ਼ਾਨਾ ਦੇ ਇਹਨਾਂ ਨੂੰ ਮਿਲਣੇ ਚਾਹੀਦੇ। ਯਾਰ ਅੰਡੇ ਹੁਣ ਦੱਸੋਗੇ ਵੀ ਤਾਂ ਵੀ ਕਿੱਥੋਂ ਆਉਂਦੇ ਨੇ? ਉਹ ਕਹਿੰਦੇ ਦੁਕਾਨ ਤੋਂ ਆਖੇ ਆਏ ਤੁਸੀਂ? ਤੁਸੀਂ ਦੁਕਾਨ ਨਾਲ ਅੰਡੇ ਲਾਉਂਦਾ? ਮੁਰਗੀ ਦੇ ਅੰਡੇ ਤੁਸੀਂ ਕਿਹਾ ਸੀ ਆਖ ਨਾ ਵੀ ਜਿਹੜੀ ਆਪਣੀਆਂ ਮੁਰਗੀਆਂ ਲਾਉਂਦੀਆਂ ਨੇ ਅੰਡੇ ਉੱਥੋਂ 2-2 ਅੰਡੇ ਸਾਡੇ ਬਣਦੇ ਨਾ, ਤੁਸੀਂ ਕਿਹਾ ਸੀ ਸੈਲਰੀ ਦੇ ਨਾਲ 2-2 ਅੰਡੇ ਮਿਲਣਗੇ ਰੋਜ਼ਾਨਾ ਦੇ। ਓਏ ਉਹ ਮੁਨਸ਼ੀ ਉਬਾਲ ਕੇ ਤੇ ਆਪਦੇ ਘਰ ਲੈ ਜਾਂਦਾ ਬੀਵੀ ਬੱਚਿਆਂ ਵਾਸਤੇ, ਸਾਨੂੰ ਬੜਾ, ਅਸੀਂ ਬੜੇ ਤੰਗ ਆ ਮੁਨਸ਼ੀ ਤੇ। ਨਹੀਂ ਕਰੋ, ਮੈਨੂੰ ਤਾਂ ਲੱਗਦਾ ਮੁਨਸ਼ੀ ਚੋਰ ਤਾਂ ਨਹੀਂ। ਚਲੋ ਠੀਕ ਹੈ ਫਿਰ, ਮੁਨਸ਼ੀ ਦੀ ਛੁੱਟੀ ਕਰਾਣੇ ਆਪਾਂ। ਅੱਛਾ, ਨਹੀਂ ਮੁਨਸ਼ੀ ਮੈਨੂੰ ਇਹ ਦੱਸ, ਅੰਡਿਆਂ ਦਾ ਜਿਹੜਾ ਸੀਨ ਇਹ ਕੀ ਹੈ? ਕੀ ਹੈ ਇਹ? ਆ ਦਿਨ ਮੁਨਸ਼ੀ ਅੰਡੇ ਚੋਰੀ ਕਰਦਾ, ਹਾਏ ਮਾਮੇ ਝੂਠ ਬੋਲਦੇ ਪੈਣ ਰਾਣਾ ਸਾਹਿਬ ਦੱਸ ਗਈਆਂ ਨਾ ਤੇਰੇ ਤੇ, ਤੂੰ ਮੈਂ ਤੈਨੂੰ ਨੀ ਝੂਠਾ ਸਾਬਤ ਕਰ ਸਕਦਾ ਨਾ ਇਹਨਾਂ ਨੂੰ ਕਰ ਸਕਣਾ। ਦਾਨਿਸ਼ ਤੇ ਦਿਲ ਅੰਡੇ ਖਵਾਉਂਦੇ ਸਾਰੇ। ਹਾਂਜੀ ਦਾਨਿਸ਼ ਨੂੰ ਦਿਲ ਨੂੰ ਅੰਡੇ ਖਵਾਉਣਾ ਪਾਗਲ ਤੇ ਨੀ ਯਾਰ? ਮੁਨਸ਼ੀ ਐਵੇਂ ਆਪਦੇ ਕੋਲੋਂ ਛੱਡੀ ਜਾਂਦੇ ਨੇ ਯਾਰ। ਰਾਣਾ ਸਾਹਿਬ, ਰਾਣਾ ਸਾਹਿਬ ਗੱਲ ਇਹ, ਇਹ ਆਪ ਹੀ ਬਦਮਾਸ਼ ਹੈ। ਨਿਕਦਾ ਪਾਣੇ ਦਾਨਿਸ਼ ਉਹੀ ਬਦਮਾਸ਼ ਹੈ, ਰਲ ਕੇ ਸਾਨੂੰ ਕੁੱਟੇਂਦੇ ਹਨ, ਸਾਰਾ ਕੰਮ ਕਰੇਂਦੇ ਨੇ। ਇਹ ਵੇਖ ਲਓ ਤੁਹਾਡੇ ਸਾਹਮਣੇ ਬਾਂਮੇ ਨੇ ਮਰੋੜੀ ਵੈਂਦੇ। ਜਦੋਂ ਤੂੰ ਬਾਈ ਕਰੇਂਗਾ ਤਾਂ ਉਦੋਂ ਮੈਂ ਤੇਰੀ ਇੱਜ਼ਤ ਕਰਾਂਗਾ। ਹੈ ਵੇਖ ਲਓ ਰਾਣਾ ਸਾਹਿਬ, ਵੇਖ ਲਓ ਤੁਸੀਂ ਟੱਕੇ ਦਾ ਕੰਮ ਕਰਦੇ। ਆ ਵੇ ਯਾਰ ਰਾਣਾ ਸਾਹਿਬ ਹੈ ਹੀ ਐਵੇਂ ਦੇ ਬਦਤਮੀ ਦੇ ਬੰਦੂ। ਆ ਵੇ ਯਾਰ ਸਲੇ ਮੁਨਸ਼ੀ, ਤੈਨੂੰ ਆਖਿਆ ਬੰਦੇ ਕੋਈ ਹੋਰ ਲੱਭ। ਇਧਰ ਇਹਨਾਂ ਦੇ ਕੰਮ ਘਟਿਆ ਕੰਮ ਕਰਨਗੇ ਦੋਰ ਨਿਕਲ ਕੇ ਜਾ। ਇਹਨਾਂ ਮੈਂ ਦੱਸਾਂ, ਮੈਂ ਦੱਸਾਂ, ਮੈਂ ਦੱਸਾਂ। ਇਹ ਅੰਡੇ ਅਸੀਂ ਆਪ ਖਾਂਦੇ ਸੀ, ਜਿਹੜਾ ਵੰਡਾ ਸੀ ਉਹ ਵੀ ਅਸੀਂ ਚਾਹ ਜਾਂਦੇ। ਮੌਤ ਪਈ, ਤੂੰ ਖੜਾ ਹੋ। ਇਹ ਸਾਡੇ ਨਾਲ ਚਵਾ ਕੇ ਜਾਂਦਾ ਸੀ ਤੇ ਅਸੀਂ ਸਾਰਾ ਕੁਝ ਮੁਨਸ਼ੀ ਨੂੰ ਕਢਾਣ ਪਰ ਹੋ ਗਈ ਮੁਨਸ਼ੀ ਦੇ ਕਿਸਮ। ਇਹ ਤੇ ਹੁਣ ਤੁਸੀਂ ਦੱਸਣਾ ਰਾਣਾ ਸਾਹਿਬ, ਹੁਣ ਤੁਹਾਡੇ ਸਾਹਮਣੇ ਵੇਖ ਕਿੰਨੀਆਂ ਸ਼ਿਕਾਇਤਾਂ ਲਾਉਂਦੇ, ਮੈਨੂੰ ਬਦਨਾਮ ਕੀਤਾ। ਇਹ ਬੰਦੇ ਕੱਢ, ਇਹਨਾਂ ਤਨਖਾਹ ਹੋ ਗਈ, ਮੈਂ ਬੰਦੇ ਹੋਰ ਰੱਖਣੇ। 5 ਮਹੀਨੇ ਜਿਹੜੀ ਤੁਸੀਂ ਸਾਨੂੰ ਅੱਜ ਤਨਖਾਹ ਐਡਵਾਂਸ ਦਿੱਤੀ ਲੈ ਜਾਈਏ, ਉਹ ਵੀ ਸਾਰੀ ਲੈ ਜਾਓ। ਪੁਲਿਸ ਵਾਲੇ ਨੂੰ ਫੋਨ ਕਰ, ਇਹਨਾਂ ਨੂੰ ਕੀ ਆਵੇ। ਵੇਖਦੇ ਪਏ ਇਹ ਮੈਨੂੰ ਦਲੀਲ ਕਰਦੇ ਨੇ ਯਾਰ ਇਹਨਾਂ ਦੀ। ਉਹ ਮੁਨਸ਼ੀ ਫੇਰ ਤੂੰ ਆ ਗਏ ਯਾਰ, ਮੁਨਸ਼ੀ ਵੱਧ ਆ ਗਈ ਹੈ। ਮੈਂ ਬਹੁਤ ਨੂੰ ਗਾਣਾ ਚਾਹ ਪਿਆ ਮੈਂ ਤਾਂ ਚੋਰੀ ਕਰਦਾ ਸੀ। ਮੁਨਸ਼ੀ ਇਹਨਾਂ ਦੀ ਪਿੰਨਾਂ ਨੇ 5 ਮਹੀਨੇ ਦੀ ਤਨਖਾਹ ਦੇ ਦਿੱਤੀ, ਇਹਨਾਂ ਨੂੰ ਛੁੱਟੀ ਕਰਾ। ਪਰ ਕਰ ਬਸ, ਠੀਕ ਹੈ ਨਾ ਜਿਹੜੀ ਐਡਵਾਂਸ ਲਈ ਉਹ ਯਾਰ ਇੱਕ ਬਾਤ ਨਹੀਂ ਕਰਦੇ ਨੇ ਹਰ ਚੀਜ਼ ਬਈ ਉੱਤੇ। ਨਹੀਂ ਪੁਰਾਣੇ ਨੂੰ ਪਾਉਂਦਾ ਠੀਕ ਹੈ ਨਾ, ਥੱਲੇ ਬਾਹਰ ਬਹਿ ਥੱਲੇ।
बशीरा कि बशीरा बशीर डाकू ना लाओ मैं पुराना बंदे का हिसाब ही लेना शर्म होनी भाई शर्म का घट है नहीं असि तेन नहीं लान दे रहे बशीर डाकू यार बशीर डाकू की गल नहीं इस मैंने बदतमीज इंसान दरी कदर को नहीं मालक दी मालक ना लाइन बदतमीज करी नहीं मैं आज तो बाद नजर ना दरी कदर करी मैं तो तेरी कदर करी ना साफ सॉरी अंकल वेख सॉरी हां अंकल वेख नजर आंदी पई है सॉरी सॉरी एक मिनट गल तो सुनो अंकल नजर आंदी पई है ते किथे जांदी पई है सीधी ते ए ये रास्ता ला के भाग जा अस्सलाम वालेकुम क्या हाल है ओ जेड़े पुराने बंदे आए हैं उन्होंने मरावन रे तेरा हाथ नजर आंदा पई है नहीं राणा साहब मैं तो कुछ नहीं कीता मैंने सारा पता लग गया नहीं नहीं मैं हाय गाइस हमारा टेक्निकल हामिद 173 चैनल को सब्सक्राइब करें लाइक करें और कमेंट में हमें जरूर बताएं कि हमारी वीडियो आपको कैसी लगी और इस भाई के बारे में बताएं कि ये आपको कैसे लग रहे हैं वीडियो में भी और वैसे भी।